ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜੇ ਸਤਿਗੁਰ ਪੂਰਾ। ਅਖੰਡ ਹੁੰਦਾ ਇੱਕ ਰਸ ਕੀਰਤਨ ਕਰਨੇ ਰੂਪੀ ਭੋਜਨ ਉਹਨਾਂ ਨੂੰ ਚੂਰਾ ਹੁੰਦਾ ਪ੍ਰਾਪਤ ਹੁੰਦਾ। ਅਖੰਡ ਕੀਰਤਨ ਕਰਨੇ ਰੂਪ ਚੂਰਮਾ ਸਨਿਗਧ ਭੋਜਨ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹਨੂੰ ਪੂਰੇ ਸਤਿਗੁਰੂ ਮਿਲੇ ਨੇ। ਅਖੰਡ ਕੀਰਤਨ ਕਰਨੇ ਰੂਪ ਭੋਜਨ ਜਿਹਨੂੰ ਪ੍ਰਾਪਤ ਹੋਇਆ ਉਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਚੂਰਾ ਕਰਕੇ ਰੱਖ ਦਿੱਤਾ। ਕਹਿੰਦੇ ਜਪ ਤਪਾਦਕ ਜੋ ਕਰਮ ਹੈ ਇਹੋ ਭੋਜਨ ਹੈ। ਉਸ ਭੋਜਨ ਦੇ ਹਜ਼ਮ ਕਰਨੇ ਨੂੰ ਅਖੰਡ ਕੀਰਤਨ ਕਰਨਾ ਇਹ ਚੂਰਨ ਹੈ। ਮਹਾਰਾਜ ਕਥਨ ਕਰਦੇ ਚੂਰਨ ਜਿਹਨੂੰ ਮਿਲਦਾ ਉਹਨੂੰ ਪੂਰੇ ਸਤਿਗੁਰੂ ਮਿਲਦੇ ਨੇ। ਇਸ ਕਰਕੇ ਭਗਤੀ ਲਈ ਕੀਰਤਨ ਕਰਨਾ ਅਲੱਗ ਬਾਤ ਹੈ, ਪੈਸੇ ਲਈ ਕੀਰਤਨ ਕਰਨਾ ਹੋਰ ਚੀਜ਼ ਹੁੰਦੀ। ਪੈਸੇ ਲਈ ਕੀਰਤਨ ਕਰਨ ਵਿੱਚ ਉਹ ਆਨੰਦ ਨਹੀਂ ਬਣਦਾ, ਫਿਰ ਤਾਂ ਪੈਸਿਆਂ ਵੱਲ ਹੀ ਨਿਗਾਹ ਰਹਿੰਦੀ ਕਿੰਨੇ ਆ ਗਏ। ਨਹੀਂ, ਕੀਰਤਨ ਕਰਨਾ ਭਗਤੀ ਵਾਸਤੇ, ਉਦੋਂ ਕਰਨਾ ਸਾਰੇ ਜਾਣੇ ਜਦੋਂ ਮਿਲ ਕੇ ਪਰਮਾਤਮਾ ਦੀ ਪ੍ਰਾਪਤੀ ਲਈ ਹੀ ਬੈਠੇ ਹੋਣ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ 72 ਘੰਟੇ, 70 ਘੰਟੇ, 48 ਘੰਟੇ ਕਈ ਵਾਰ ਕੀਰਤਨ ਕੀਤਾ। ਉਹਨਾਂ ਨੇ ਨਿਸ਼ਕਾਮ ਹੋ ਕੇ ਕੀਤਾ। ਨਿਸ਼ਕਾਮ ਕੀਰਤਨ ਕਰਨਾ ਬੜੀ ਵੱਡੀ ਭਗਤੀ ਹੈ। ਸੁਤੇ ਸਿੱਧ ਮਾਇਆ ਦਾ ਆ ਜਾਣਾ ਕੋਈ ਜ਼ਿਆਦਾ ਗੱਲ ਨਹੀਂ ਹੁੰਦੀ। ਇਹਦੇ ਵੱਲ ਜੇ ਬਹੁਤਾ ਧਿਆਨ ਦੇਵਾਂਗੇ ਇਹ ਮੱਛਰ ਜਾਂਦੀ ਆ, ਕੋਈ ਪਤਾ ਨਹੀਂ ਹੁਣ ਮੇਰੇ ਬਿਨਾਂ ਦਾ ਸਰਦਾ ਹੀ ਨਹੀਂ ਹੈਗਾ। ਉਹ ਸਾਡਾ ਤਾਂ ਸਰਨਾ ਨਾਮ ਦੇ ਨਾਲ, ਗੁਰੂ ਗ੍ਰੰਥ ਸਾਹਿਬ ਨਾਲ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਓ। ਕਿੰਨੀ ਕੁ ਦੇਰ ਰੋਕ ਕੇ ਰਹੇਗੀ? ਜਦ ਗੁਰੂ ਦਾ ਡੰਡਾ ਵੱਜਿਆ ਤਾਂ ਭੱਜ ਕੇ ਆਏਗੀ ਫਿਰ ਸਾਡੇ ਕੋਲ। ਫਿਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਇਸ ਕਰਕੇ ਅਕਾਲ ਪੁਰਖ ਦੇ ਹੁਕਮ ਅੰਦਰ ਆਉਂਦੇ ਹੈ। ਜਿੱਥੇ ਸਤਿਗੁਰੂ ਨੇ ਉੱਥੇ ਤਾਂ ਕੋਈ ਕਮੀ ਨਹੀਂ ਹੈ। ਜਿੱਥੇ ਹਿਰਦੇ ਚ ਦਾਮ ਹੈ, ਨਾਮ ਦੇ ਦੁਆਲੇ ਤਾਂ ਭਵਰਿਆਂ ਵਾਂਗੂ ਘੁੰਮਦੀਆਂ ਫਿਰਦੀਆਂ ਸਭ ਚੀਜ਼ਾਂ, ਰਿੱਧੀਆਂ ਸਿੱਧੀਆਂ ਦਾਤਾਂ ਮਾਇਆ। ਜਦੋਂ ਆਪਣੇ ਹਿਰਦੇ ਚ ਨਾਮ ਨਹੀਂ ਹੈ, ਵਿਕਾਰ ਹੀ ਭਰੇ ਪਏ ਨੇ, ਇੱਥੇ ਕਿੱਥੇ ਕਿਸੇ ਚੀਜ਼ ਨੇ ਆਉਣਾ? ਮਹਾਰਾਜ ਕਹਿੰਦੇ ਹਿਰਦੇ ਚ ਨਾਮ ਦਾ ਵਾਸਾ ਕਰਨ ਦਾ ਅਭਿਆਸ ਕਰੋ ਤਾਂ ਫਿਰ ਸਾਰੀਆਂ ਚੀਜ਼ਾਂ ਤੁਹਾਡੇ ਦੁਆਲੇ ਘੁੰਮੇ ਜਾਣਗੀਆਂ। ਹਰ ਪਦਾਰਥ ਘੁੰਮੇਗਾ। ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ, ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ। ਸਤਿਗੁਰੂ ਕੀਰਤਨ ਵਾਸਤੇ ਕਹਿੰਦੇ ਅਖੰਡ ਕੀਰਤਨ ਲਗਾਤਾਰ ਕਰੋ। ਬਹਿ ਕੇ ਜਿਵੇਂ ਕੋਈ ਗੁਰਸਿੱਖ ਮਿਲਿਆ, ਪੁਰਾਣਾ ਹੀ ਹੈ, 85 ਸਾਲ ਦੀ ਉਮਰ, ਮਹਾਂਪੁਰਖਾਂ ਨਾਲ ਬੜਾ ਪੁਰਾਣਾ ਰਿਹਾ ਉਹ। ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲਿਆਂ ਨਾਲ ਰਿਹਾ, ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲਿਆਂ ਨਾਲ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨਾਲ। ਉਦੋਂ ਲੈ ਕੇ ਚੱਲਿਆ ਆਉਂਦਾ ਯੂਪੀ ਦੇ ਵਿੱਚ, ਉਹ ਘਰ 'ਚ ਬੈਠ ਕੇ ਜੰਗਲ 'ਚ ਖੇਤੀਬਾੜੀ ਵੀ ਕਰਦੇ, ਪ੍ਰਕਾਸ਼ ਇੱਕ ਕਮਰੇ 'ਚ ਕਹਿੰਦਾ ਕਰਕੇ, ਤੜਕੇ 2 ਵਜੇ ਬੈਠ ਜਾਣਾ ਕੀਰਤਨ ਕਰਨ, ਇਕੱਲੇ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਕੀਰਤਨ ਸੁਣਾਉਂਦਾ ਆਸਾ ਦੀ ਵਾਰ ਦਾ ਸਾਰਾ, ਵਿੱਚ ਬੋਲ ਬੋਲ ਕੇ ਹੋਰ ਸ਼ਬਦ। ਮੈਂ ਕਿਹਾ ਹੁਣ ਕਿੱਥੇ ਪਹੁੰਚ ਗਈ ਕਹਾਣੀ? ਕਹਿੰਦੇ ਜਿੰਨੀ ਦੇਰ ਮੈਂ ਕੀਰਤਨ ਕਰਦਾ ਉਨੀ ਦੇਰ ਗੁਰੂ ਨਾਨਕ ਸਾਹਿਬ ਆਪ ਬਹਿ ਕੇ ਸੁਣ ਕੇ ਜਾਂਦੇ ਨੇ। ਫਿਰ ਇਹ ਹੁੰਦਾ ਨਿਸ਼ਕਾਮ ਕੀਰਤਨ ਕਰਨਾ, ਅਖੰਡ ਕੀਰਤਨ ਕਰਨਾ ਇਸ ਨੂੰ ਕਹਿੰਦੇ ਨੇ। ਕੀਰਤਨ ਕਰਨਾ ਤਾਂ ਗੁਰੂ ਦੀ ਪ੍ਰਾਪਤੀ ਲਈ, ਪਰਮੇਸ਼ਰ ਦੀ ਪ੍ਰਾਪਤੀ ਲਈ। ਕਥਾ ਕਰਨੀ ਤਾਂ ਉਹਦੀ ਪ੍ਰਾਪਤੀ ਲਈ ਕਰਨੀ ਹੈ, ਬੰਦਗੀ ਕਰਨੀ ਇੱਕ ਪ੍ਰਕਾਰ ਦੀ। ਮਾਇਆ ਦਾ ਧਿਆਨ ਛੱਡ ਕੇ ਪਾਠ ਕਰਕੇ ਦੇਖੋ, ਫਿਰ ਦੇਖੋ ਨਜ਼ਾਰਾ ਆਉਂਦਾ। ਜਦੋਂ ਆਪਾਂ ਮਾਇਆ ਦਾ ਧਿਆਨ ਧਰ ਕੇ ਪਾਠ ਕਰਦੇ ਹਾਂ, ਮਾਇਆ ਤਾਂ ਆ ਜਾਂਦੀ, ਪਰਮੇਸ਼ਰ ਨਹੀਂ ਆਉਂਦੇ। ਕਹਿੰਦੇ ਉਹਨੂੰ ਯਾਦ ਕਰੀ ਜਾਂਦਾ, ਮੈਨੂੰ ਤਾਂ ਯਾਦ ਨਹੀਂ ਕਰਦਾ। ਤੈਨੂੰ ਯਾਦ ਕਰਦੇ, ਬਾਪੂ ਤੂੰ ਆ ਜਾ, ਇਹ ਤੋਂ ਅਸੀਂ ਕੀ ਲੈਣਾ, ਇਹ ਤਾਂ ਮਗਰ ਆਪੇ ਆਈ ਜਾਣੀ ਆ। ਬਾਪੂ ਦੇ ਦਰਸ਼ਨ ਹੋ ਜਾਣ ਫਿਰ ਸਭ ਤੋਂ ਵੱਡੀ ਗੱਲ ਹੈ, ਫਿਰ ਤਾਂ ਨਜ਼ਾਰਾ ਹੀ ਨਜ਼ਾਰਾ। ਇਹ ਨਟਣੀ ਦੀ ਤਾਂ ਆ ਕੇ ਝਗੜੇ ਹੀ ਖੜੇ ਕਰਨੇ, ਕਦੇ ਚਿੰਤਾ ਪਾ ਦੇਣੀ, ਕਦੇ ਸਾਨੂੰ ਹੋਰ ਪਾਸੇ ਲੈ ਜਾਣਾ, ਸਾਡੇ ਖਿਆਲਾਤ ਬਦਲ ਦੇਣੇ ਨੇ, ਵਿਕਾਰ ਪੈਦਾ ਕਰ ਦੂਗੀ। ਗੰਦਗੀ ਦੀ ਅਸੀਂ ਇੱਛਾ ਨਹੀਂ ਕਰਦੇ, ਅਸੀਂ ਤੇਰੀ ਇੱਛਾ ਕਰਦੇ, ਨਿਰਮਲ 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 ਤੇਰੀ ਬਾਣੀ। ਜਦੋਂ ਆਪਾਂ ਮਾਇਆ ਦੀ ਇੱਛਾ ਤਿਆਗ ਕੇ ਭਗਤੀ ਕਰਦੇ ਹਾਂ, ਕਥਾ ਵੀ ਫਿਰ ਭਗਤੀ ਬਣ ਜਾਂਦੀ ਹੈ, ਕੀਰਤਨ ਵੀ ਭਗਤੀ ਬਣ ਜਾਂਦੀ ਹੈ, ਅਖੰਡ ਪਾਠ ਸਹਿਜ ਪਾਠ ਵੀ ਭਗਤੀ ਬਣ ਜਾਂਦੀ। ਆਪਣੇ ਲਈ ਬਾਣੀ ਪੜ੍ਹੋ, ਨਾ ਕਿ ਸੰਸਾਰ ਲਈ ਬਾਣੀ ਪੜ੍ਹਦੇ ਹਾਂ ਆਪਾਂ, ਬਈ ਪੈਸੇ ਦਊਗਾ ਕੋਈ, ਅਰਦਾਸ ਕਰਾਂਗੇ ਕੋਈ ਪੈਸੇ ਦਊਗਾ। ਬੋਝ ਪਤਾ ਕਿੰਨਾ ਪੈਂਦਾ ਇੱਕ ਅਰਦਾਸ ਦਾ, ਪਿਛਲਿਆਂ ਜਨਮਾਂ ਦੀ ਕਮਾਈ ਵੀ ਖਤਮ ਹੋ ਜਾਂਦੀ ਸਾਰੀ। ਇਸ ਕਰਕੇ ਅਰਦਾਸਾਂ ਤੋਂ ਵੀ ਧਿਆਨ ਨਾਲ ਹੀ ਬਚ ਕੇ ਹੀ ਚੱਲਣਾ ਪੈਂਦਾ। ਜਿੰਨਾ ਨਿਤਨੇਮ ਹੁੰਦਾ ਉਹ ਤਾਂ ਆਪਾਂ ਲੋਕਾਂ ਦੇ ਦਿੰਦੇ ਹਾਂ, ਕੀ ਕਿਹੜਾ ਕਿਸੇ ਨੇ ਮੈਂ $5 ਫੜਾ ਤੇ, ਸਾਰੀ ਕਮਾਈ ਉਹ ਅਗਲੇ ਨੂੰ ਫੜਾ ਕੇ ਪਰੇ ਕਰਦੇ। ਉਹ ਕਰੋੜਾਂ ਦੀ ਹੁੰਦੀ ਆ ਤੇ $5 ਵੱਲ ਦੇਖ ਕੇ ਖੁਸ਼ ਹੋਈ ਜਾਂਦਾ, $5 ਮਿਲ ਗਿਆ, 10 ਮਿਲ ਗਏ, ਕਮਾਈ ਕਰੋੜਾਂ ਦੀ ਦੇਤੀ ਅਗਲੇ ਨੂੰ। ਕਿਉਂ ਆਪਾਂ ਕਿਉਂ ਦਈਏ? ਜਿਵੇਂ ਕੋਈ ਮਹਾਤਮਾ ਸੀਗੇ ਦੇਹਰਾਦੂਨ, ਜਟਾ ਜੂਟ ਬੜੀ ਭਗਤੀ ਵਾਲੇ, ਕੋਈ SDO ਸੀਗਾ ਕਮਾਈ ਕਰਦਾ,
ਨੌਕਰੀ ਕਰਦਾ ਸ਼ਾਮ ਨੂੰ ਆ ਜਾ ਕਰੇ, ਸੇਵਾ ਜੀ ਕੀਤੀ ਹੋਗੀ, ਇੱਕ ਦਿਨ ਕਹਿੰਦਾ ਰਾਤ ਨੂੰ, ਬਾਬਾ ਜੀ ਮੈਨੂੰ ਵੀ ਦਾਤ ਬਖਸ਼ੋ ਨਾਮ ਦੀ, ਐਂ ਕਰੋ। ਉਹ ਕਹਿੰਦੇ ਮੇਰੀ ਕਮਾਈ ਆ, ਮੈਂ ਕੋ ਦੇਵਾਂ ਤੈਨੂੰ, ਤੂੰ ਕਦੇ ਤਨਖਾਹ ਲਿਆ ਕੇ ਮੈਨੂੰ ਦਿੱਤੀ ਆਪਣੀ, ਤਨਖਾਹ ਤਾਂ ਜਾ ਕੇ ਆਪਣੀ ਇਸਤਰੀ ਨੂੰ ਫੜਾ ਦਿੰਦਾ, ਘਰ ਵਾਲੀ ਨੂੰ, ਆਹ ਲੈ ਭਾਗਵਾਨ ਨੇ 15-20 ਹਜ਼ਾਰ ਜਿਹੜਾ ਕਮਾਉਣਾ, ਤੇ ਮੇਰੇ ਕੋਲੋਂ ਫ੍ਰੀ ਵਿੱਚ ਨਾਮਦਾਨ ਮੰਗਦਾ, ਮੈਂ ਆਪਣੀ ਜਾਂ ਤੈਨੂੰ ਕਮਾਈ ਕਿਉਂ ਦੇਵਾਂ ਜਾਂ ਤੂੰ ਮੈਨੂੰ ਆਪਣੀ ਕਮਾਈ ਨਹੀਂ ਦੇ ਸਕਦਾ। ਇਸ ਕਰਕੇ ਆਪਾਂ ਆਪਣੀ ਕਮਾਈ ਕਿਸੇ ਨੂੰ ਕਿਉਂ ਦਈਏ? ਆਪਣੀ ਕਮਾਈ ਨੂੰ ਬਚਾ ਕੇ ਰੱਖੋ, ਢੰਗ ਸਿਰ ਵਰਤੋ। ਕਰੋੜਾਂ ਦੀ ਕਮਾਈ, ਇੱਕ ਦਿਨ ਦਾ ਨਿਤਨੇਮ ਕਰੋੜਾਂ ਜਨਮਾਂ ਦੇ ਪਾਪ ਕੱਟਦਾ। ਬੰਦਗੀ ਹੈ ਇੱਕ ਦਿਨ ਦੀ ਆਪਣੀ, ਇੱਕ ਦਿਨ ਦੀ ਆਪਣੀ ਮਿਹਨਤ ਇੰਨੀ ਜ਼ਿਆਦਾ ਹੋ ਜਾਂਦੀ ਹੈ। ਇਸ ਢੰਗ ਨਾਲ ਚੱਲੋ ਜ਼ਿੰਦਗੀ 'ਚ ਕਿ ਆਪਣੀ ਕਮਾਈ ਬਚੀ ਰਹੇ ਅਤੇ ਦੂਜੇ ਦਾ ਵੀ ਭਲਾ ਹੋਵੇ, ਸਰਬੱਤ ਦਾ ਭਲਾ ਵੀ ਕਰਨਾ, ਪਰ ਇਸ ਢੰਗ ਨਾਲ ਚੱਲਣਾ ਕਿ ਜਿਵੇਂ ਦੱਸਿਆ ਕਿ ਭਗਤੀ ਕਰਨੀ ਹੈ ਨਿਸ਼ਕਾਮ ਹੋ ਕੇ, ਉਹ ਤਾਂ ਫਿਰ ਆਪਣੇ ਆਪ ਹੀ ਸਤਿਗੁਰੂ ਨੇ ਕਿਰਪਾ ਕਰਨੀ, ਪਰ ਅਲਭ ਤਾਂ ਆਪਣੇ ਮੱਥੇ ਦੀ ਲਿਖੀ ਹੋਈ ਹੈ, ਮੱਥੇ ਦੇ ਲੇਖ ਤਾਂ ਨਾਲ ਹੀ ਜਾਣੇ, ਕਿਤੇ ਵੀ ਚਲੇ ਜਾਓ ਉੱਥੇ ਉਹਨਾਂ ਹੀ ਮਿਲਣਾ। ਸੋ ਸਤਿਗੁਰੂ ਮਹਾਰਾਜ